अस्सलामुअलैकुम नादरीन, अस्सलामुअलैकुम, आज का भी लोग आ जाओ। सर जी सारे मुस्तहिक ने इतने, मैं तुम दस नहीं सकता इतने तो की सिस्टम है। सर जी साई बिल्ली से वेखो जरा, उस्ताद जी ए गली इधर से आओ, इधर से आओ उस्ताद जी, ए गली सी असली। लो जी नादरीन, मैं तुम दसदा, मैं कहा यार चलो जो छोटे छोटे बच्चे ने ना, जोड़े छोटे छोटे बच्चे ने ना, उन्होंने कोई ईद ऊद दे के आने को, चलो कोई उन्होंने थोड़ा बहुत कल ईद से कोई आलू छोले कोई चीज़ा कोई चीज़ खा ले। ओए उरिया साजी, अब उरिया साजी, अब बच्चा हाले 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 छड़ दे, हाले छड़ दे, उन्हें दे अच्छे कपड़े पाए छड़ दे। तो फैसल राम है सन लैके आया जी कि साजी इतने बहुत बच्चे बेचारे जोड़े है ने निजाम है, देखो जरा मैं तुम्हें गल दस ये की कर रहा भाई। अच्छा तुम सफाई वाले हो जी? उस्ताद जी ये सफाई वाले ने, असी कूड़े वाले हैं। हाँ जी की कर रहे हो? सफाई कर रहे सर जी। सफाई कर रहे हो? हाँ जी। तुसी तड़ा घर है? नहीं जी। हाँ ए प्राइवेट टाइम काम इधर प्राइवेट। हाँ ते सवेरे ते ईद आ ते भाई सानू इन्होंने कहा ते सी आए काम कर। तू कदी इदा कीता? उस्ताद जी इस बंदे नु सलूट है। उस्ताद जी मैं कहना ये पूरा ठेका असी लै सकने हैं, दोवें जणे सिर्फ मेरे नाल फ्रिज ते मिठे नु ला दो ना। मैं कहना मेरी गल सुन, तू आ एक बाल्टी इदा भर दे, तैनू जो के देना। नहीं तो असं कदों कहने मुहब्बत करते जिंदगी एक बार तुम भी करके देखो ना। लिया मैं कर दा सारा एक सौ सौ रुपया इन्होंने देना उस्ताद जी, सौ सौ रुपया गली ने है, हजार रुपया एक घर का कह रहा बंदा। ये तेन पैसे टाइम सिर देंगे कभी भी नहीं, महीनों के बाद कटा महीने बाद छे छे महीने बाद सौ रुपया देना। नहीं नहीं छे छे महीने बाद एक बार कटाने नाली। हाँ जी मैं बंदा चेंज करूंगा अगे तो मैं ओ जेड़ा तू बंदा चेंज करेगा इधर वालों चंगा नहीं लगना जेड़ा छे महीने बाद सौ लेंदा। हाँ जी देना। अच्छा ना लगती शर्त है तू डोंगे ਦੇ ਨਾਲ ਭਰਨਾ ਦੋ ਸਾਲ ਉਸਤਾਦ ਜੀ ਤੁਸੀਂ ਕਿਉਂ ਇੰਜ ਨਹੀਂ ਕਰਦੇ ਮੈਂ ਭਰਦਾ ਉਸਤਾਦ ਜੀ ਮੈਂ ਭਰਦਾ ਲੈ ਬੜੀ ਗੱਲ ਕਰਦੇ ਹੁੰਦੇ ਉਸਤਾਦ ਜੀ ਬੱਚਿਆਂ ਇੱਥੇ ਉਸਤਾਦ ਜੀ ਮੇਰੀ ਇੱਜ਼ਤ ਬੜੀ ਜੀ ਪੂਰੇ ਮੁਆਸ਼ਰੇ ਜੀ ਨਹੀਂ ਨਹੀਂ ਅਸੀਂ ਇੱਕ ਪਨਿਸ਼ਮੈਂਟ ਸ਼ਰਤ ਲਾਉਨੇ ਨਾ ਤੂੰ ਕਿਹੜਾ ਕੰਮ ਕਰਦਾ ਹੈ ਤੂੰ ਡੋਂਗੇ ਦੇ ਨਾਲ ਇਹ ਭਰਨੀ ਹੈ ਤੈਨੂੰ 2000 ਰੁਪਿਆ ਉਹਨੂੰ ਉੱਤੇ ਹੈਂਡਲ ਨਹੀਂ ਲੱਗਾ ਹੋਇਆ ਨਹੀਂ ਨਹੀਂ ਤੂੰ ਡੋਂਗੇ ਦੇ ਨਾਲ ਹਾਂ ਹੱਥ ਵੀ ਨਾਲ ਤੇਰੇ ਬਾਅਦ ਜਾਤੋ ਵਾਂਗ 3000 ਰੁਪਿਆ ਚੱਲ 3000 ਰੁਪਿਆ ਦਾਂਗਾ ਡੋਂਗੇ ਨਾਲ ਆ ਤੂੰ ਖਾਲੀ ਕਰਕੇ ਆ ਜਾ साबण आना 40 वारी हाथ धोली बड़ी गल कर शुगर नहीं है तू इंसान नहीं गा उस्ताद। अच्छा ये दस मैनू ईद आई है सवेरे ईद आ ਤੈਨੂੰ ਕਿੰਨੇ ਲੋਕਾਂ ਨੇ ਇਹਨੇ ਈਦ ਦਿੱਤੀ ਹੈ ਜਾਂ ਕਿੰਨੇ ਕਿੰਨੇ ਈਦ ਦਿੱਤੀ ਹੈ? ਕਿਸੇ ਨੇ ਵੀ ਨਹੀਂ ਲਿਸਟ ਆ ਉਸਤਾਦ ਜੀ ਮੈਂ ਇਹਦਾ ਵੈਸੇ ਬਹੁਤ ਖਿਆਲ ਕਰਦਾ ਮੈਨੂੰ ਸਿਰਫ ਨਾ ਆ ਭਾਈ ਸ਼ਫਾਕ ਨੇ ਬੁਲਾਇਆ ਕੰਮ ਵਾਸਤੇ ਉਹਨੇ ਕਿਹਾ ਬੱਚਾ ਕੰਮ ਕਰਦੇ ਤੈਨੂੰ ਮੈਂ ਪੈਸੇ ਦੇ ਦੇਵਾਂਗਾ ਕਿੰਨੇ ਕੇ ਉਹ ਜਿੰਨੇ ਵੀ ਦੇ ਦੇਵੇ 100 200 300 ਹਾਂਜੀ 100 ਦੇ ਦੇਵੇ ਬਕਾਇਆ ਘਰਾਂ ਨੂੰ ਦੇ ਲਿਆ ਦੇਵੇ ਉਹਦੀ ਮਰਜ਼ੀ ਆ ਨਾ ਲਿਆ ਕੇ ਦੇਵੇ ਤੇ ਉਹਨੇ ਜਿਹੜਾ ਦੇਣੇ ਉਹਨੂੰ ਦੇਣੇ ਆ ਇਹਦਾ ਘਰ ਕਿਹੜਾ ਇਹਦਾ ਘਰ ਕਿਹੜਾ ਉਸਤਾਦ ਇਹ ਘਰ ਇਹਨਾਂ ਦਾ ਵਾ ਐਸ ਕਰੋ 100 ਰੁਪਿਆ ਮਿਲਦਾ ਬਸ ਕਿੰਨੀ ਦਿਨ ਬਾਅਦ ਜਦੋਂ ਨਾਲ ਹੀ ਕੱਢੀਏ ਕਿੰਨੀ ਦਿਨ ਬਾਅਦ ਕੱਢਦਾ 2 ਮਹੀਨਿਆਂ ਬਾਅਦ ਕੱਢੀਏ ਤਿੰਨਾਂ ਬਾਅਦ 2 ਮਹੀਨਿਆਂ ਬਾਅਦ ਨਾਲ ਹੀ ਕੱਢਦਾ 100 ਰੁਪਿਆ ਤੇ ਲੱਡਾ ਖੱਲਾ ਨਾ ਉਸਤਾਦ ਜੀ ਉਹ ਡੇਲੀ ਕੱਢ ਲਵੇ ਡੇਲੀ ਲਾਈ ਜਾ ਕਰੇ ਤੂੰ ਡੇਲੀ ਕੱਢ ਨਹੀਂ ਸਰ ਜੀ ਡੇਲੀ ਕਿੱਥੇ ਉਦੋਂ ਪੈਸੇ ਦੇ ਦੇਣ ਬੜੀ ਗੱਲ ਆ ਵਿਚਾਰਾ ਲੜ ਕੇ ਆਪਣੇ ਕੋਲੋਂ ਪੂਰੇ ਕਰਦਾ ਬੰਦੇ ਦਾ ਇਹਦੇ ਕਿਤੇ ਮਹੀਨਿਆਂ ਬਾਅਦ ਨਜ਼ਰ ਆਉਂਦਾ ਬੰਦਾ ਇਹਦੇ ਥੱਲੇ ਕੋਈ ਨਾ ਲੱਗ ਲਾ ਨਾ ਯਾਰ ਬੈਠ ਯਾਰ ਵੈਸੇ ਆਪਸ ਦੀ ਗੱਲ ਵਾ ਤੇਰਾ ਮੈਂ ਜਿੰਨਾ ਮੈਂ ਖਿਆਲ ਕੀਤਾ ਬਣਾ ਭਾਈ ਅਸੀਂ ਕਿਦੋਂ ਕਰੇ ਤੁਸੀਂ ਅੱਛਾ ਦੋ ਖਿਆਲ ਕਰਨੇ ਆ ਤੂੰ ਕਿਹੜਾ ਦੱਤ ਕਰਾਣੇ ਆ ਯਾਰ 2 ਮਹੀਨੇ ਬਾਅਦ 100 ਰੁਪਿਆ ਦੇਣਾ ਤੂੰ ਹਾਂਜੀ 2 ਮਹੀਨੇ ਬਾਅਦ 100 ਰੁਪਿਆ ਤੇ ਪੂਰੇ ਮੱਲੇ ਵਾਲੇ 50 ਰੁਪਿਆ ਦਿੰਦੇ ਮੈਨੂੰ ਡਬਲ ਦੇਣਾ ਇਸ ਭਾਈ ਨਹੀਂ ਨਹੀਂ ਆ ਜਿੰਨੇ 6 ਘਰ ਆ ਸਾਰੇ 100 ਰੁਪਿਆ ਦਿੰਦੇ ਉਸਤਾਦ ਜੀ ਪਿਛਲੇ ਹਫਤੇ ਨੂੰ ਮੈਂ ਸੂਟ ਲੈ ਕੇ ਦਿੱਤਾ ਜੁੱਤੀ ਲੈ ਕੇ ਦਿੱਤੀ ਨਹੀਂ ਨਹੀਂ ਆ ਗੱਲ ਗਲਤ ਹੈ ਅੱਛਾ ਮੇਰੀ ਗੱਲ ਸੁਣੋ ਯਾਰ ਸਾਰੀਆਂ ਗੱਲਾਂ ਛੱਡੋ ਇਧਰ ਦੂਜੇ ਕਿਧਰ ਲੈ ਕੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਦੇ ਹੱਥ ਦੇਖ ਰਹੇ ਆ ਦੋਵੇਂ ਹਾਂਜੀ ਦੇਖ ਰਹੇ ਆ ਆਹ ਇਹ ਤੇਰੇ ਮੂੰਹ ਤੇ ਇੰਜ ਕਰ ਦਿੰਦਾ ਬਸ ਉਸਤਾਦ ਜੀ ਕਿਉਂ ਤੁਸੀਂ 1000 ਰੁਪਿਆ ਦਊਂਗਾ ਉਹਦਾ ਮੈਂ ਇੰਨਾ ਖਿਆਲ ਰੱਖਣਾ ਮੋਟਰਸਾਈਕਲ ਮੇਰੀ ਲੈ ਜਾਂਦਾ ਵੇ ਗੱਡੀ ਲੈ ਜਾਂਦਾ ਜਦੋਂ ਇਹਨੂੰ ਪੈਸੇ ਚਾਹੀਦੇ ਹੋਣ ਪੁੱਛੋ ਮੈਂ ਨਹੀਂ ਦਿੰਦਾ ਹੈਗਾ दरवाजा खड़का के फ्रिज तो विचो जिहड़ी मर्जी शायद चुके ले जा रोकिया नहीं कदे तेरा नाम की है साबर
ਸਾਬ ਤੇਰਾ ਤੂੰ ਹੈ ਵੀ ਸਾਬਰ ਹੀ ਆ ਵੈਸੇ ਨਾ ਉਹ ਕਹਿ ਰਿਹਾ ਕਿ ਇਸ ਬੰਦੇ ਦਾ ਇੰਨਾ ਖਿਆਲ ਕਰੀਦਾ ਜਦੋਂ ਦਿਲ ਕਰਦਾ ਘਰ ਦੇ ਅੰਦਰ ਵੜ ਕੇ ਫ੍ਰਿਜ 'ਚ ਜੋ ਮਰਜ਼ੀ ਕੱਢ ਕੇ ਲੈ ਜਾਂਦਾ ਨਹੀਂ ਸਤਾ ਝੂਠ ਹਾਂਜੀ ਚੌਰੀ ਬਣੇ ਨਾ ਕਾਟਨਾਂ ਦੇ ਸੂਟ ਪਾ ਕੇ ਘੜੀਆਂ ਪਾ ਕੇ ਦੇਈਏ ਵੋ ਇਹਨਾਂ ਦੀ ਇਹਨਾਂ ਦਾ ਬੜਾ ਹੱਥ ਆ ਉਹਦੇ ਵਿੱਚ ਤੁਹਾਡੀ ਪਰਸਨੈਲਿਟੀ 'ਚ ਅਗਰ ਇਹ ਬੰਦੇ ਕੰਮ ਨਾ ਕਰਨ ਇਹ ਤਬਕਾ ਨਾ ਹੋਵੇ ਯਕੀਨ ਕਰੋ ਹਰ ਘਰ ਦਾ ਸਭ ਤੋਂ ਵੱਡਾ ਪੁੱਤਰ ਬਾਹਰ ਬੈਠਾ ਸਵੇਰੇ ਸਵੇਰੇ ਗੰਦ ਕੱਢ ਰਿਹਾ ਹੋਵੇ ਤੇ ਵਾਰੀਆਂ ਲੱਗੀਆਂ ਹੁਣ ਕੱਲ੍ਹ ਤੂੰ ਕੱਢਣਾ ਇਹਨਾਂ ਨੂੰ ਇਹਨਾਂ ਦਾ ਇਹਨਾਂ ਦੀ ਮਿਹਰਬਾਨੀ ਆ ਮਿਹਰਬਾਨੀ ਚਲੋ ਦਿਓ 500 ਰੁਪਈਆ ਦਿਓ ਇਹਨਾਂ ਨੂੰ ਅਸੀਂ ਅੱਗੇ ਤੋਂ ਖਿਆਲ ਕਰਾਂਗੇ 500 ਰੁਪਈਆ 500 ਰੁਪਈਆ ਦਿਓ ਅੱਗੇ ਤੋਂ ਸਤਾਜੀ ਦਾ ਈਦ ਤੇ ਨਾ 500 ਰੁਪਈਆ 500 ਰੁਪਈਆ ਈਦ ਤੇ 500 ਤੂੰ ਦੇ 500 ਮੈਂ ਦਿੰਦਾ ਚੱਲ ਫਾਤਮਾ ਰੂਬੀ ਨਸਰੀਨ ਕਲਸੂਮ ਸਾਰੇ ਤੇਰੇ ਨਾਮ ਆ ਜ਼ਬੈਦਾ ਵੀ ਤੇਰੇ ਨਾਮ ਸੁਣ ਲਾ ਮਰੀਅਮ ਵੀ ਤੇਰਾ ਇੰਨੇ ਸਾਰੇ ਨਾਂ ਤੇਰੇ ਆ ਉਹ ਤੇਰੀ ਖੈਰ ਹੋ ਜਾਏ ਕਹਿੰਦੀ ਆ ਕਿੱਥੇ ਰਹਿੰਦੀ ਤੂੰ ਉੱਧਰ ਰਹਿੰਦੀ ਆ ਪੈਸੇ ਹੈਗੇ ਤੇਰੇ ਕੋਲ ਕਿੱਥੇ ਦਾ ਨਹੀਂ ਹੈਗੇ ਲੈਣੇ ਆ ਲੈਣੇ ਉਸਤਾਦ ਜੀ ਇਹਨੇ ਤਾਂ ਦੱਸੋ ਉਸਤਾਦ ਜੀ ਇਹਨੇ ਸਬਰ ਕੀ ਹੋਇਆ ਆ ਲੈਣੇ ਆ ਪਹਿਲੇ ਬੋਲ ਕੇ ਦਾ ਉੱਚੀ ਬੋਲ ਕਹਿ ਮਾਮਾ ਕਹਿ ਉੱਚੀ ਕਹਿ ਤੇਰੀ ਫੁੱਲ ਇੰਨੀ ਬਾਤ ਆ ਇਸ ਤੋਂ ਉੱਚੀ ਨਹੀਂ ਗੀ ਫੈਸਲ ਰਾਮੇ ਚਵਲ ਆ ਨਾ ਫੈਸਲ ਰਾਮੇ ਬਗੈਰੇ ਤਾਂ ਨਾ ਦੋ ਟਕੇ ਦਾ ਆਦਮੀ ਨਹੀਂ ਨਾ ਹਾਂ ਦੇਖਿਆ ਫੈਸਲ ਰਾਮੇ ਲੋਕਾਂ ਦਾ ਹੱਕ ਖਾਂਦਾ ਨਾ ਸਾਹ ਜੀ ਤੁਸੀਂ ਗਲਤ ਪੁੱਛ ਰਹੇ ਹੋ ਫੈਸਲ ਰਾਮੇ ਚੰਗਾ ਬੰਦਾ ਨਾ ਫੈਸਲ ਰਾਮੇ ਗੰਦਾ ਹੈ ਨਾ ਘਰ ਕਿੱਥੇ ਤੇਰਾ ਘਰ ਕਿੱਥੇ ਆ ਉਹ ਉਸਤਾਦ ਜੀ ਦਾ ਘਰ ਘਰ ਕਿਹੜਾ ਤੇਰਾ ਆ ਬੂਆ ਆ ਤੁਹਾਡਾ ਵਾ ਆ ਘਰ ਤੁਹਾਡਾ ਵਾ ਪਰੇ ਅੱਛਾ ਚਲੋ ਕਿੱਧਰ ਜਾਣ ਦੇ ਉਸਤਾਦ ਜੀ ਉੱਥੇ ਰੱਖਣ ਲੱਗਾ ਵਾ ਆਹ ਤੇ ਉੱਥੇ ਆ 50 ਲੈ ਜਾ ਆ ਪੈਸੇ ਲੈ ਜਾ ਠੀਕ ਯਾਨ ਚਲ ਆ ਜਾ ਇੱਧਰ ਆ ਤੈਨੂੰ ਮੈਂ ਅਗਰ ਕੋਈ ਪੈਸਾ ਦਵਾਂ ਇਹ ਤੈਨੂੰ 2 ਮਹੀਨੇ ਬਾਅਦ ਕਵੇ ਵੀ ਉਹ ਪੈਸੇ ਤੈਨੂੰ ਆ ਗਏ ਕੰਮ ਕਰ ਤੇ ਫਿਰ ਨਹੀਂ ਤੇ ਉਹ ਤਾਂ ਮੇਰਾ ਭਰਾ ਹੈ ਉਸਤਾਦ ਜੀ ਬੜੇ ਨਹੀਂ ਨਹੀਂ ਤੁਸੀਂ ਲੜਾਈ ਕਰਵਾ ਰਹੇ ਹੋ ਉਸ ਬੰਦੇ ਨੂੰ ਕੋਈ ਈਦ ਦੇਣਾ ਵਾ ਹਾਂਜੀ ਉਹ ਇਹਦੀ ਤੇ ਮੇਰਾ ਮਸਲਾ ਇਹਦਾ ਵਾ ਹਾਂਜੀ ਉਸਤਾਦ ਤੂੰ ਉਹਨੂੰ 2 ਮਹੀਨੇ ਬਾਅਦ ਕਵੇ ਵੀ ਭਾਈ ਆ 100 ਰੁਪਈਆ ਤੈਨੂੰ ਮੇਰਾ ਉਸਤਾਦ ਦੇ ਗਿਆ ਸੀ ਉਹ ਕੱਟ ਲਾ ਕਦੇ ਇੰਜ ਹੋਇਆ ਹੋਵੇ ਨਹੀਂ ਇੰਜ ਨਹੀਂ ਕਰਦਾ ਬਸ ਕਦੇ ਵੀ ਨਹੀਂ ਜਿਹੜੇ ਮੈਂ ਤੈਨੂੰ ਈਦ ਦੇਣੀ ਆ ਸਿਰਫ ਤੇਰੀ ਆ ਠੀਕ ਉਹਦੇ 'ਚੋਂ 1 ਰੁਪਈਆ ਇਹਦਾ ਕੋਈ ਚੱਕਰ ਨਹੀਂ ਹੈਗਾ ਠੀਕ ਹੋ ਗਿਆ ਆ ਲੈ ਯਾਰ ਤੂੰ ਵੀ ਤੋਂ ਪਰੇ ਹੋ ਆ ਜੀ ਪਰੇ ਜਾ ਤੂੰ ਤੂੰ ਪਰੇ ਜਾ ਮਹੱਲੇ 'ਚ ਤਾਂ ਇਸੇ ਤਰ੍ਹਾਂ ਹਲੋ ਆ ਬੜ ਲੈ ਯਾਰ ਠੀਕ ਆ ਹੋਸ਼ ਆ ਹੋਸ਼ ਰਾ ਦੁਮਾਵਾ ਨਹੀਂ ਸਾਨੂੰ ਇਹ ਹੁਣ ਇਹ ਨਾ ਵੇ ਸਾਲ ਪੂਰਾ ਇਹਨਾਂ ਪੈਸਾ ਤੇ ਤੇਰੇ ਕੋ ਨਾਲੀਆਂ ਕਢਾਉਂਦੇ ਰਹਿਣ ਠੀਕ ਹੋ ਗਿਆ ਸਰ ਇਹਦਾ ਕੋਈ ਚੱਕਰ ਨਹੀਂਗਾ ਸਿੱਧਾ ਕਹਿਣਾ ਕਿ ਯਾਰ ਉਹਦਾ ਤੇਰੇ ਨਾਲ ਪੈਸਾ ਨਾਲ ਕੋਈ ਤਲਕ ਨਹੀਂ ਠੀਕ ਹੋ ਗਿਆ ਸਰ ਠੀਕ ਹੋ ਗਿਆ ਹਾਂ ਚਲੋ ਆ ਜਾਓ ਚਲੋ ਕਰੋ ਆਪਣਾ ਕੰਮ ਉਹ ਬੱਚਿਆਂ ਨੂੰ ਨਹੀਂ ਦੇ ਰਹੇ ਬੱਚਿਆਂ ਨੂੰ ਨਹੀਂ ਦੇ ਰਹੇ ਤੁਸੀਂ ਈਦ ਮੇਰੀ ਨਾ ਮੰਨਣਾ ਕਦੇ ਵੀ ਜ਼ਿੰਦਗੀ 'ਚ ਨਾ ਮੰਨਣਾ ਤੁਸੀਂ ਆ ਜਿਹੜੇ ਬੱਚੇ ਨੇ ਉਰੇ ਆ ਤੂੰ ਇਕੱਠੇ ਕੀਤੇ ਸਾਰੇ ਉਸਤਾਦ ਜੀ ਇਹ ਬੱਚੇ ਇਹਨਾਂ ਨੂੰ ਈਦ ਬੱਚੇ ਭਗਵਾਨ ਦਾ ਰੂਪ ਹੁੰਦੇ ਆ ਇਹ ਮੇਰੇ ਵੱਲ ਨਾ ਵੇਖੋ ਤੁਸੀਂ ਸਿਰਫ ਇਹ ਬੱਚੇ ਵੱਲ ਵੇਖੋ ਉਸਤਾਦ ਜੀ ਇਹਨੂੰ ਦਵੋ ਬੜਾ ਬੜਾ ਪੁੱਤਰ ਉਹਨੂੰ ਨਹੀਂ ਦੇਣੇ ਮੈਂ ਲੈ ਲੈ ਬੇਟਾ ਪਕੜ ਲਓ ਉਸਤਾਦ ਜੀ ਪੜ ਲਾ ਕੈਸਾ ਚਲੋ ਮਾਸ਼ਾਅੱਲਾ ਚਲੋ ਆ ਜਾਓ ਉਸਤਾਦ ਜੀ ਜਿਹੜੇ ਬੱਚੇ ਰਹਿ ਗਏ ਨੇ ਉਹਨਾਂ ਨੂੰ ਤੇ ਦਿਓ ਉਸਤਾਦ ਜੀ ਕਿੰਨੇ ਬੱਚੇ ਨੇ ਮੈਂ ਕਹਿਣ ਆ ਬੱਚੇ ਦੁਆਵਾਂ ਦੇ ਨੇ ਕਿੱਥੇ ਆ ਉਸਤਾਦ ਜੀ ਆ ਜੀ ਤੇਰੀ ਬੇਗਮ ਘਰ ਆ ਤੇਰੀ ਹਾਂਜੀ ਉਸਤਾਦ ਜੀ ਮੈਂ ਆਇਆ ਫਿਰ ਰੱਖ ਉਸਤਾਦ ਜੀ ਤੁਸੀਂ ਕਿੱਧਰ ਜਾ ਰਹੇ ਹੋ ਕੀ ਗੱਲ ਖੈਰ ਹੈ ਉਧਰ ਕੀ ਹੈ ਉਧਰ ਆਪਣੀ ਨੂੰ ਈਦ ਨਾ ਦੇ ਕੇ ਆਵਾਂ ਆ ਜਾਓ ਆ ਜਾਓ ਆ ਜਾਓ ਨਹੀਂ ਤੂੰ ਤੇ ਇੱਥੇ ਰਹਿ
ईद मेरे सामने दे यार, तेरे सामने तू खो लेने उसको, बुढ़िया को बंदे खो लेने बाद च ईद दे नहीं जानी, सिर्फ ईद मिलन जानी है। मैं जाना ही नहीं आया उस्ताद जी, फिर तुम फिर जाना वेट कर रही होनी। आ जा आ जा, जानी अंकल जिंदाबाद, जानी अंकल जिंदाबाद, जानी अंकल कैसे, जानी अंकल जिंदाबाद, जानी अंकल जिंदाबाद। एक काम कर ला यार, ਹੋਰ ਖੇਲਣਾ ਹੀ, ਹੋਰ ਖੇਲਣਾ ਹੀ, ਹੋਰ ਖੇਲਣਾ ਹੀ, ਉੱਚੀ ਬੋਲ ਮੋ। ਨਾਂ ਕੀ ਆ? ਉਮਾਨ। ਉਮਾਨ ਪਰਲੂ ਸੀ, ਤੈਨੂੰ ਮੈਂ ਕਹਿਣ ਵੀ ਡਿਆ ਪਰ ਖੇਲਣਾ ਹੀ। ਜਿੱਤਣ ਕਿਉਂ ਨੀ ਦਿਆ ਤੂੰ? ਉੱਚ ਜਿੱਤ ਗਿਆ ਸਾਜ, ਜਿੱਤ ਗਿਆ। ਖੋਲ ਇਹਨੂੰ। ਕਿੰਨੇ ਆ? 100। ਕੀ ਕਰੇਂਗਾ ਇਹਦਾ? खावेगा किदां तू? हां कहना सी, किन्ने दिनां च खत्म करेगा? एक घंटे च। चला ला फिर जे च पा। माशाल्लाह, चलो फैसल कित्थे गया? ओ की कर रहे है? इस कंजर दे काम देख रहा है उस्ताद जी। उन्होंने कह रहे थे सीधा अपनी अम्मी नूं जाके फड़ाई पैसे। पता की उस्ताद जी, बच्चे नाल दुश्मनी नहीं ली थी, पता की गल, ओदे को कोई खोल वे कौन जिम्मेदार? मैं उन्हें कहा, मैं कहा सीधा अपनी अम्मी नूं जाके पैसे देने। तू मेरा पुत्र, पैसे मैं तेनू फड़ाए, तू इहनू कातों फड़ाए, इहनू कातों फड़ाए? मैं तेनू यही कहा ना कि अपनी अम्मी नूं फड़ाई जा। फैसल जकलदा मेरे कोलों ना लपेड़े खाने, तू फड़ घर दौड़ जा यार। आप देखो उस्ताद जी, को गाना सुना, को थोड़ा सराकी कोई। नहीं ऐसी मंगन जा रहे हैं। ठहरे ठहरे। कोई कतनिया नू माया, कोई कतनिया रू माया, वाह वाह। ओ एक चंगा तू लगना है, दूजा फिर भी तू माया, वाह 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 वाह। हे कुकुड़ कुड़ू माया, दरवड़े बू माया, कुकुड़ कुड़ू बीमारी ना गई। कुकुड़ कुड़ू माया, ओ साडी बर्बादी दा वड्डा मुजरिम तू माया। आहा अगे प्यार नल ना सही, ओ गुस्से नल वेख लिया कर, बीमारा नू शफा मिल जांदी है प्यार नाल ना सही। इहदा ज़हनी तवाज़ुन खराब आ, इहदा घर लभ रहे। ओ तेरा दीदार चन्ना साडी मजबूरी है, रोज तेनू तकना बड़ा ही जरूरी है। वाह वाह वाह। तू जे ना मिले मैनू, दिल मेरा कहंदा हर वार, बीमारा नू शफा मिल जांदी है प्यार नाल ना सही। वाह 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 वाह। काशी खां मां जी, की हाल है? मैं ठीक है। आ दे माइक। की हाल है? मैं ठीक है। मां मेरी ठीक है? हां जी ठीक है। इत्थे की कर रहे हो? बस आ बच्चियां दी चीजां ला के रखे। ते मेनू आलू छोले ते खवाओ। ਮਾਂ ਜੀ ਦੋ ਪਲੇਟਾਂ ਚ ਲਾਣਾ। ਅੱਛਾ ਅੱਛਾ। ਆ ਤੁਸੀਂ ਵੇਚਦੇ ਹੋ? ਹਾਂਜੀ। ਨਾਲ ਆਲੂ ਛੋਲੇ ਤੇ ਨਾਲ ਸਾਰਾ ਕੁਝ? ਹਾਂਜੀ। ਤੇ ਕਿਉਂ, ਕੀ ਗੱਲ? ਚਾਚਾ ਕਿੱਥੇ ਆ? ਚਾਚਾ ਮਹਤਾਜ ਆ, ਉਹ ਚੱਲ ਫਿਰ ਨਹੀਂ ਸਕਦਾ। ਚੱਲ ਫਿਰ ਨਹੀਂ ਸਕਦਾ? ਨਹੀਂ। ਕੀ ਗੱਲ ਉਹਨਾਂ ਨੂੰ? ਉਹ ਡਿੱਗ ਪਏ ਸੀ ਲੋਹੇ ਦੀ ਘੋੜੀ ਤੋਂ। 20-25 ਸਾਲ ਹੋ ਗਏ ਮੰਜੇ। 20-25 ਸਾਲ? ਹਾਂਜੀ ਮੰਜੇ ਤੇ ਹੀ ਆ। ਤੇ ਲਾਜ ਲੂਜ ਕੋਈ?
कुर्सी मिलती जिथे बह के बंदा चलो बाहर चल लेंदा असीं रहिंदे सी रजाबाद पता रजाबाद दा उत्थे ना किदां ही तुहाडी उम्र दा बाबा सी उह ऐ लाउंदा हुंदा सी इदां ही काले चने काले छोले आलू ते इदां ही खट्टा उह मैनूं याद आ गया सत्त साल पुराना दौर अपना जदों मैं डग सी सही इक बिस्कुटां दा पैकेट फड़ा देणा तेरा हां जी बिस्कुटां दा पैकेट इक देणा मैनूं लग गया भुख लगी हुई बिस्कुटां दा पैकेट केड़ा ओह लेमन दे देणे या टैगर दे देणा ओए रिया आओ ईद दवा तेन मामा ईद दवा उ अज का पिछो बटन बंद करी बड़ा नर्जी सेवर बच्चा जमया कि सलवार भी पुठी पाई हो अच्छा मेरी गल सुन ना की तेरा ना की है अब्दुल्ला अब्दुल्ला है ना अब्दुल्ला ओ वाह माशाल्लाह अब्दुल्ला क्या कहने ईद पैसे किन्ने तेरे को पैसे कोई नहीं हल वो यार कैसा मैच हो गया यार और रंगड़ा मैच हो गया तेरे ना वे मामा चल निकल जा खोल आना किसी ने ताजी को चोको मो लेना हैं ओ चोको तू मंजी उतरो फाड़ उतरो किसे होर नु फड़ा दे ले जा घर आ मंजी फड़ो ते नाल यार दे घर छड़ो फिटे मु मारा तेरे हटन ही नहीं दिया उदों दा गंदी नीयत मां नु दईदा वा तू मां दे पल्लेओ खाई जाना ताजी मैं पैसे देने ने असि कड़ा उंज खाना मां नु पैसे देंगा शर उने पैसे लेने पुत्रां दो दा डुब के मर जा ते तू ही ओदा सास कर ला की खाना खुशी दा की खाना ही चोकोमो ओ चोकोमो की ओ किंदी ओ नुकर दे पे जेड़े आ चोकोमो दई एक आ चोकोमो ओया चोकोमो दो हजार रुपया वा ठीक है चलो अल्लाह खैर कर लेकिन अज उस्ताद जी मैं फखर होया साढ़े से तुसी दूजे हाथ नु पता नहीं लगन दिता उस्ताद जी हां हां ਆਉਂਦੇ ਜੀ ਉਸਤਾਦ ਲਓ ਜੀ ਮੈਂ ਨਾਦਰਿੰਗ ਤੁਹਾਨੂੰ ਗੱਲ ਦੱਸ ਦਿਆ ਆ ਜਾਓ ਹੁਣ ਇੱਕ ਇੱਕ ਜੂਸ ਹੋ ਜਾਓ ਉਸਤਾਦ ਜੀ ਕਿਤੇ ਹੋ ਜੀ ਤਰੀ ਬਣਾ ਲਓ ਕੀ ਹੈ ਤਰੀ ਕਰਾਈਏ ਤਾਂ ਇੱਥੇ ਕਿਤੇ ਮੈਂ ਤਰੀ ਕਰ ਲੈਣੀ ਹੈ ਹੋਣੀ ਆਪਾਂ ਇੱਥੇ ਮੰਡੇ ਡਾਲ ਲੈਣੇ ਤੇ ਆਹੀ ਖੋਲ ਲੈਣਾ ਜੋ ਕਹੋਗੇ ਉਹੀ ਆ ਜਾਏ ਤੇ ਆ ਕਿਹਦੇ ਹੱਥ ਲੈ ਕੇ ਚੱਲੇ ਘਰ ਨਾ ਇਹ ਘਰ ਵਾਸਤੇ ਇਹ ਤੁਹਾਡੇ ਵਾਸਤੇ ਚਲੋ ਨਹੀਂ ਯਾਰ ਘਰ ਇਹ ਕੀ ਹੈ रंग दस रहे पाकिस्तान घट ही देंगे नहीं तो इंज का होना जुगत मार कोई है पैसे पुछना पहले इनका पैसे था एक दो तीन चार पाँच छे सात आठ नौ दस ग्यारह ग्यारह गिलास भाई गिलास तेन नहीं जानता मैं तीन सौ तीह रुपये दे मरे
ਜੂਆ ਖੇਲਿਆ ਕਦੀ ਖੇਡਿਆ ਤੂੰ ਐਡਾ ਤੂੰ ਪਹਿਲਾਂ ਇੰਨੇ ਨੀ ਕੀਤਾ ਨਾ ਥੋੜਾ ਕੰਮ ਤੂੰ ਕੀ ਕਰਦਾ ਵਾ ਕੰਮ ਕੀ ਕਰਦਾ ਤੂੰ ਮਿਸਤਰੀਆਂ ਨਾ ਇੱਟਾਂ ਚੁੱਕਦਾ ਉਹ ਤੂੰ ਮਾਮਾ ਇੰਨੀ ਕਿ ਸਿਹਤ ਨਾਲ ਚੁੱਕ ਲੈਣਾ ਇੱਟਾਂ ਮੈਂ ਤੁਹਾਨੂੰ ਵੀ ਚੁੱਕ ਲਾਂਗਾ ਬਹੁਤ ਅੱਛੇ ਨਹੀਂ ਕੜਾਈਆਂ ਇੱਟਾਂ ਉਹ ਥੱਲੇ ਸਿੱਟ ਵੀ ਲੈਣਾ ਤੂੰ ਸੁੱਟ ਕੇ ਦਾਂਗਾ ਖਾਲੀ ਵੀ ਹੋ ਗਿਆ ਠੀਕ ਹੈ ਉਸਤਾਦ ਜੀ ਸਬਰ ਨਾ ਪੀਓ ਤਿੰਨ ਤਿੰਨ ਸਾਲ ਤਿੰਨਾਂ ਸਾਵਾਂ 'ਚ ਬੀਜਦਾ ਤੁਸੀਂ ਯਕਦਮ ਖੁੜਮ ਕਰਤਾ ਪੈਸਾ ਤਾਂ ਮੈਂ ਘੁੱਟ ਵੀ ਨਹੀਂ ਭਰਿਆ ਆਹ ਮੇਰਾ ਗਲਾਸ ਆ ਆਹ ਫੜੋ ਆਪਣਾ ਗਲਾਸ ਉਸਤਾਦ ਜੀ ਖੁਦਾ ਦਾ ਬਾਣੀ ਨਾ ਕਰੀ ਬਾਣੀ ਉਹ ਜਾਣ ਦਿਓ ਕੁਛ ਨਹੀਂ ਹੁੰਦਾ ਅੱਜ ਬੀਬੀ ਦਾ ਇੱਥੋਂ ਕਿ ਥੱਲੇ ਵਾਂ ਪੀ ਗਿਆ ਉਹ ਤੁਸੀਂ ਪੀਤਾ ਉਸਤਾਦ ਜੀ ਉਹ ਯਾਰ ਮੈਂ ਪੀ ਕੇ ਰੱਖਿਆ ਯਾਰ ਓਏ ਝੂਠ ਬੋਲਣ ਡਿਆ ਯਾਰ ਪੈਸਾ ਦੇ 30 ਰੁਪਏ ਦਾ ਗਲਾਸ ਆ ਹਰਾਮ ਖਾਣਾ ਛੱਡ ਦੇ ਹਰਾਮ ਖਾਣਾ ਹਰਾਮ ਤੇਰੀਆਂ ਅੱਖਾਂ ਤੇ ਹਲਕੇ ਪੈ ਗਏ ਲਾਂਤਾਂ ਪਈਆਂ ਤੇਰੇ ਮੂੰਹ ਤੇ ਫੜਾ ਉਰੇ ਉਸਤਾਦ ਜੀ ਮੇਰੀ ਗੱਲ ਸੁਣੋ ਮੇਰੇ ਸਾਹਮਣੇ ਪੀਤਾ ਤੁਸੀਂ ਓਏ ਤੋਬਾ ਤੋ 5 15 ਆ ਬਸ ਜਲਦੀ ਕਰੋ ਨਹੀਂ ਨਹੀਂ ਯਾਰ ਚੱਲ ਕੋਈ ਨਹੀਂ ਨਹੀਂ ਜਾਣੇ ਦੇ ਨਹੀਂ ਨਹੀਂ ਕੋਈ ਗੱਲ ਓਕੇ ਨਾਜ਼ਰੀਨ ਗੱਲ ਪਤਾ ਕੀ ਹੈ ਤੁਹਾਡੀ ਮਿਹਰਬਾਨੀ ਆ ਕੋ ਮੈਂ ਕੋਈ ਬਹੁਤ ਵੱਡਾ ਦਿਆਲੂ ਕੋਈ ਜੇ ਵੋ ਕੋਈ ਮੈਂ ਪੈਸੇ ਦੇ ਨਹੀਂ ਨਿਕਲਿਆ ਕਰੋ ਠੀਕ ਆ ਨਾ ਸਿਰਫ ਇੱਕ ਸ਼ੁਗਲ ਮੇਲਾ ਚਿਲ ਮਾਹੌਲ ਬਸ ਬੱਚਿਆਂ ਨੂੰ ਜ਼ਰਾ ਮੈਂ ਕਿਹਾ ਉਸ ਇਲਾਕੇ 'ਚ ਫਿਰਨਾ ਚਾਹੀਦਾ ਯਾਰ ਜਿੱਥੇ ਥੋੜ੍ਹੀ ਆਪਣੀ ਔਕਾਤ ਵੀ ਯਾਦ ਰਵੇ ਉਹਨਾਂ ਦੇ ਨਾਲ ਫਿਰ ਉਹ ਪਤਾ ਵੀ ਲੱਗੇ ਕਿਸੇ ਕੋਈ ਬੱਚਾ ਅੱਛਾ ਲੱਗਾ ਉਹਨੂੰ 100-50 ਦੇ ਦਿੱਤਾ ਬਸ ਠੀਕ ਹੈ ਨਾ ਅੱਗੋਂ ਤੁਹਾਡੀ ਸੋਚ ਆ ਜਿੱਦਾਂ ਦੀ ਤਰਬੀਅਤ ਆ ਜਿੱਦਾਂ ਦੀ ਸੋਚ ਆ ਜਿੱਦਾਂ ਦੀ ਮਾਇੰਡ ਆ ਉੱਦਾਂ ਦਾ ਕਮੈਂਟ ਕਰ ਦੇਣਾ ਠੀਕ ਹੈ ਨਾ ਆਪਣੀ ਆਪਣੀ ਤਰਬੀਅਤ ਦੇ ਹਿਸਾਬ ਨਾਲ ਆਪਣਾ ਆਪਣਾ ਕਮੈਂਟ ਕਰ ਦੇਣਾ ਤੁਸੀਂ ਅਤੇ ਬਾਕੀ ਜਿਹੜੇ ਹਿਡਨ ਮਾਮਲਾਤ ਹੁੰਦੇ ਨੇ ਹਰ ਬੰਦੇ ਦੇ ਹੁੰਦੇ ਨੇ ਅੱਲਾ ਨਾ ਉਹ ਮੇਰੇ ਵੀ ਨੇ ਔਰ ਮੇਰੇ ਅੱਲਾ ਨੇ ਇੰਨੇ ਕੁ ਰੱਖੇ ਨੇ ਇਸ ਗੱਲੋਂ ਮੈਂ ਬੜਾ ਖੁਸ਼ਕਿਸਮਤ ਹਾਂ ਹਿਡਨ ਮਾਮਲਾਤ ਜਿਹੜੇ ਹੁੰਦੇ ਨੇ ਚਾਚਾ ਲੈ ਈਦ ਲੈ ਲਾ ਈਦ ਇੱਧਰ ਆ ਤੁਸੀਂ ਕਦੀ ਗੌਰ ਕਰਨਾ ਰੱਬ ਦੀ ਕਸਮੇ ਕਦੀ ਗੌਰ ਕਰਨਾ ਤੁਸੀਂ ਰੱਬ ਆਪ ਭੇਜਦਾ ਮੇਰੇ ਕੋਲ ਇੱਕ ਵਾਰੀ ਨਹੀਂ ਕਰੋੜ ਵਾਰੀ ਇੱਥੇ ਕੋਈ ਤੁੱਕ ਨਹੀਂ ਬਣਦਾ ਦਹਾ ਇੱਧਰ ਕੋਈ ਹੈਗਾ ਬੰਦਾ ਇੱਧਰ ਦਹਾ ਕੋਈ ਹੈਗਾ ਬੰਦਾ ਹਾਂਜੀ ਇੱਧਰ ਦੇਖੋ ਹੁਣ ਹੈਗਾ ਕੋਈ ਨਹੀਂ ਨਾ ਹੈਗਾ ਕੋਈ ਰਸ਼ ਰੱਬ ਦੀ ਕਸਮ ਹੈ ਕਰੋੜ ਵਾਰੀ ਇੰਜ ਹੋਇਆ ਕਿ ਮੈਨੂੰ ਇੰਜ ਲੱਗਾ ਕਿ ਇਹਨੂੰ ਭੇਜਿਆ ਕਿਸੇ ਨੇ ਕਿ ਜਾਇਆ ਦੇਖੋ ਉਹ ਤੁਹਾਨੂੰ ਨਹੀਂ ਪਤਾ ਉਹ ਮੇਰੇ ਅੱਲਾ ਦੇ ਮਾਮਲਾਤ ਨੇ ਤੁਸੀਂ ਵੀ ਸਾਰੇ ਇੱਦਾਂ ਦੇ ਹੀ ਹੋ ਮੈਨੂੰ ਪਤਾ ਸਾਰੇ ਕਰਦੇ ਨੇ ਲੇਕਿਨ ਪਲੀਜ਼ ਇੰਨਾ ਕੁਛ ਕਹਿਣ ਦਾ ਮਤਲਬ ਇਹ ਹੈ ਕਿ ਦਿਲ ਨਾ ਦਿਖਾਇਆ ਕਰੋ ਯਾਰ ਦਿਲ ਨਾ ਦਿਖਾਇਆ ਕਰੋ ਬਸ ਮਿਹਰਬਾਨੀ ਕੁਛ ਲੋਕ ਜਿਹੜੇ ਨੇ ਕੁਛ ਬਾਕੀ ਤਾਂ ਸ਼ਹਿਜ਼ਾਦੇ ਨੇ ਮੈਨੂੰ ਜਿੰਨੀ ਮੈਨੂੰ ਅੱਲਾ ਨੇ ਆਡੀਅੰਸ ਵੱਡੇ ਦਿਲ ਵੱਡੇ ਦਿਮਾਗ ਵਾਲੀ ਦਿੱਤੀ ਕਿਸੇ ਆਰਟਿਸਟ ਨੂੰ ਨਹੀਂ ਦਿੱਤੀ ਅੱਜ ਤੱਕ ਚਾਚਾ ਬਹਿ ਜਾ ਚਾਚਾ ਇੱਥੇ ਕੋਈ ਨਹੀਂ ਹੈਗਾ ਕੋਈ ਬੰਦਾ ਇੱਥੇ ਨਹੀਂ ਹੈਗਾ ਤੂੰ ਇਕੱਲਾ ਕਿੱਥੋਂ ਬੂਟਿਆਂ 'ਚੋਂ ਨਿਕਲ ਆਇਆ ਨਹੀਂ ਸਰ ਇੱਧਰੋਂ ਆਇਆ ਪਰ ਅੱਲਾ ਨੇ ਬੁਲਾਇਆ ਅਤੇ ਇੱਧਰ ਆਇਆ ਜੀ ਤੂੰ ਕਈ ਉਹ ਮੰਗਣ ਮੁੰਗਣ ਵਾਲਾ ਤਾਂ ਨਹੀਂ ਨਾ ਨਹੀਂ ਨਹੀਂ ਸਰ ਮਿਹਨਤ ਮਜ਼ਦੂਰੀ ਕਰਨ ਵਾਲਾ ਹਾਂ ਮਿਹਨਤ ਮਜ਼ਦੂਰੀ ਕਰ ਅਤੇ ਆਹ ਕੀ ਆ ਇਹ ਕੱਚੀਆਂ ਸਮੋਸੀਆਂ ਜੀ ਕੱਚੀਆਂ ਸਮੋਸੀਆਂ ਹਾਂ ਵੇਚ ਕੇ ਆਇਆ ਵੇਚ ਕੇ ਆਇਆ ਵੇਚਦੇ ਆ ਹਾਂਜੀ ਕਿੰਨੀ ਝਾੜੀ ਲੱਗੀ ਬਸ ਸ਼ੁਕਰ ਹੈ ਜਿਹੜੀ ਰੱਬ ਨੇ ਲਾ ਦਿੱਤੀ 5000 ਰੁਪਇਆ ਪੰਜ ਮਰਨਾ ਮੈਂ 5 ਲਾ ਕੇ 800-900 ਬਚ ਜਾਵੇ ਬੜਾ ਕੱਚੇ ਸਮੋਸੇ ਆ ਜਿਹੜੇ ਪੱਕੇ ਆ 5000 ਨਹੀਂ ਦੇ ਸਕਦਾ ਰੱਬ ਤੈਨੂੰ ਰੱਬ ਦੇ ਘਰ ਦੇ ਰੱਬ ਦੇ ਘਰ ਵੀ ਰੱਬ ਘਰ ਦੇ ਵੀ ਲਾਲ ਕੱਖੂ ਲੱਖ ਕਰ ਦਿੰਦਾ ਜੀ ਕਰੋੜੂ ਕਰ ਦਿੰਦਾ ਹਾਂਜੀ ਬੱਚੇ ਕਿੰਨੇ ਆ ਬੱਚੇ 5 ਆ ਜੀ 5 ਜੀ ਇੱਕ ਬੇਟੀ 4 ਬੇਟੇ ਮਕਾਨ ਉਹ ਮਾਸ਼ਾਅੱਲਾ ਇੱਕ ਬੇਟੀ 4 ਬੇਟੇ ਹਾਂਜੀ ਬੇਟੀਆਂ 2 ਕਰ ਉਹਦੀ ਵਜ੍ਹਾ ਸੁਣ ਜੀ ਪੁੱਤਰ ਜਿਹੜਾ ਇਕੱਲਾ ਹੋਵੇ ਨਾ ਉਹ ਫਿਰ ਵੀ ਬਾਹਰ ਯਾਰ ਦੋਸਤ ਜ਼ਿੰਦਗੀ ਕੱਢ ਲੈਂਦਾ ਕਹਿੰਦੇ 25 ਵਾਲੀ ਕਿਹੜੀ ਗੱਲ ਹੈ ਜੀ ਛੁੱਟੀ ਕਰ ਦਿੱਤੀ ਅੱਲਾ ਯਾਰ ਜਿਹੜੀਆਂ ਹੁੰਦੀਆਂ ਨੇ ਨਾ ਤੀਆਂ ਦੋ ਇਕੱਲੀ ਧੀ ਜਿਹੜੀ ਹੁੰਦੀ ਨਾ ਉਹਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਉਹਦੀ ਭੈਣ ਹੀ ਕੋਈ ਨਹੀਂ ਹੁੰਦੀ ਦੁੱਖ ਸੁੱਖ ਹੀ ਨਹੀਂ ਬੋਲ ਸਕਦੀ ਅੱਲਾ ਜੀ ਜਿਵੇਂ ਮਨਜ਼ੂਰ ਤੇ ਕੋਸ਼ਿਸ਼ ਕਰ ਦੋ ਧੀਆਂ ਹੋ ਜਾਣ ਅੱਲਾ ਦੇ ਸੋਹਣੇ ਨੇ ਜਿਵੇਂ ਰੱਬ ਲੈ ਵੀ ਚਾਚਾ
एक हाथ च हजार ही एक च 500 ही जी तू एक हाथ ना हाथ लाना जो आगे आ गया जी गेम जुआ नहीं खेल रहे वैसे मजाक कर रहे हैं एक च हजार ही एक च 500 ही जेड़ा मेरी किस्मत नहीं दोबारा सोच ला सोचिया दवा ठीक है दे लो ठहर जाओ हूँ जे तू सही दसता तो 500 भी तेरा जे गलत दसिया तो मैं इस 500 कट लेना ही मैंने इन्ने ही बढ़िया जिन्हें तुम देते मैं राजी हाँ जी अल्लाह का शुक्र है जी लग लग से रिस्क तो लैके वेख लिया नहीं रिस्क बस ठीक अल्लाह ने जो देते उनका लख लख शुक्र है झूठ ना बोलो मैं दसिया मैं कोई ख्याल नहीं किया ना मेरे दिल मैं पिछो दी तुम इशारे कर नहीं वे लो मैं तुम दसिया वैसे बनता की कह रहा अच्छा बिचो मंग रहे तेरे को बच्चों देने सीधे ईद बच्चे उस्ताद जी उन्होंने मैं दसन दिया कि सीधा बच्चों दही जाके इंज देना तू मामा लगता किसी क्या अम्मी दही किसी क्या बच्चों दही जिन्हों मर्जी देना उस्ताद जी अभी तबलीक भी करनी शुरू कर देनी हूँ ये लोगों को समझाया भी करना की हाल जी दो मिनट आना गल कर लीए जेड़ा बंदा वेखदे समाइल दिंदा ना मुस्कुराउंदा उन्हें बड़ा चंगा लगता है कुछ बंदे होंदे ने वेखदे ही ना कि यार की ना किसी ने खा जाना ना किसी ने लै जाना तुहाडे कोलों ना किसी ने दे जाना तो यह जिहड़ी समाइल आ ये तो दिओ अगले नूं है ना और बड़ी अच्छी आदत आ कि तुसीं मुस्कुरा के अच्छा मैं लंघ रहा सा तो मैं देखा कल्ले छतरियां ला के तुसी बैठे हो आ ला लो इत्थे तुहानू कोई खबर मिली है कि बारिश होने वाली है छतरियां सारा साल मतलब बारिश ना भी होने वाली हो जख्म बारिश तो लैके अच्छा कुछ लोग धुप वास्ते भी लेंदे ने ओके तुसी आप बनाउंदे हो या बणियां बणाइयां लैंदे हो बणियां बणाइयां किन्नी देर तो छतरियां बेच रहे हो मैंने 14 साल हो गए 14 साल तो तुसी लोगों नू भेजण तो बचा रहे हो ਤੁਸੀਂ ਲੋਕਾਂ ਨਾਲ ਜ਼ਿਆਦਤੀ ਕਰ ਰਹੇ ਭਲਾ ਕਿਉਂ ਤੁਸੀਂ ਰਹਿਮਤ ਦੀ ਬਾਰਿਸ਼ ਨਹੀਂ ਪੈਣ ਦਿੰਦੇ ਲੋਕਾਂ 'ਤੇ ਹੁਣ ਇਹ ਦੱਸੋ ਸਵੇਰੇ ਈਦ ਆ ਇਸ ਟਾਈਮ ਮੇਰੇ ਹਿਸਾਬ ਨਾਲ ਤੁਹਾਨੂੰ ਘਰ ਹੋਣਾ ਚਾਹੀਦਾ ਬੱਚਿਆਂ 'ਚ ਉਹਨਾਂ ਦੀ ਕੋਈ ਸ਼ੋਪਿੰਗ ਕੋਈ ਉਹਨਾਂ ਨਾਲ ਚਲੋ ਹਾਲਾਤ ਦੇ ਹਿਸਾਬ ਨਾਲ ਕੋਈ ਥੋੜ੍ਹੀ ਬਹੁਤ ਕੋਈ 10 ਵੀਹਾਂ ਵਾਲੀ ਕੋਈ 50-100 ਵਾਲੀ ਕੋਈ 100-200 ਵਾਲੀ ਜਿੰਨੀ ਸੀਅਤ ਆ ਬੱਚੇ ਕਿੰਨੇ ਨੇ ਬੱਚਾ ਕੋਈ ਨਹੀਂ ਬੱਚਾ ਕੋਈ ਨਹੀਂ ਇਹਨੂੰ ਰੱਖ ਲਓ ਅੱਛਾ ਮਾਸ਼ਾਅੱਲਾ ਭਾਬੀ ਤੇ ਹੈਗੀ ਨਾ ਭਾਬੀ ਵੀ ਨਹੀਂ ਸ਼ਾਦੀ ਹੋਈ ਸੀ ਹਾਂਜੀ ਬੱਚੇ ਆਏ ਸੀ ਸ਼ਾਦੀ ਹੋਈ ਸੀ ਕਿੰਨੀ ਦੇਰ ਪਹਿਲੇ ਸ਼ਾਦੀ ਹੋਈ ਸੀ ਸ਼ਾਦੀ ਮੇਰੀ ਹੋਈ ਸੀ ਜੀ 2009 ਦੇ ਵਿੱਚ 2009 'ਚ ਹਾਂਜੀ ਭਾਬੀ ਹਾਂਜੀ ਉਹ ਛੜਛੜਾ ਹੋ ਗਿਆ ਯਾਨੀ ਕਿ ਉਹਨਾਂ ਦਾ ਮੇਰਾ ਸਾਬਤਾ ਨਹੀਂ ਬਣਿਆ ਜੇ ਨਹੀਂ ਰਲਿਆ ਕੋਈ ਮਸਲੇ ਮਸਾਇਲ ਬਣ ਗਏ ਨਹੀਂ ਨਿਭਾ ਹੋ ਸਕਿਆ ਕਿੰਨੇ ਦੇਰ ਰਹੇ ਤੁਸੀਂ ਇਕੱਠੇ ਅਸੀਂ ਰਹੇ ਕੋਈ 2 ਮਹੀਨੇ 2 ਮਹੀਨੇ 2 ਮਹੀਨੇ 'ਚ ਨਹੀਂ ਸਮਝ ਆਈ ਰਿਸ਼ਤੇਦਾਰਾਂ 'ਚ ਸ਼ਾਦੀ ਹੋਈ ਸੀ ਵਗੈਰਾਂ 'ਚ ਕਿਸੇ ਵਿਚੋਲੇ ਨੇ ਕਰਾਈ ਸੀ ਇਹ ਵਿਚੋਲਿਆਂ ਦਾ ਬਹੁਤ ਬੇੜਾ ਕਰਕ ਹੁੰਦਾ ਕਈਆਂ ਦਾ ਕਈ ਤਾਂ ਬਹੁਤ ਅੱਛੇ ਹੁੰਦੇ ਨੇ ਕਿਉਂਕਿ ਉੱਧਰੋਂ ਵੀ ਲੈਣਾ ਉੱਧਰੋਂ ਵੀ ਲੈਣਾ ਇਹ ਨਹੀਂ ਵੇਖਣਾ ਕਿ ਹਿਸਾਬ ਕੀ ਆ ਜਲਦੀ ਜਲਦੀ ਮੜਨ ਦੀ ਕਰਨੀ ਬਸ ਅਤੇ ਆਪ ਮੁੜ ਕੇ ਗੈਪ ਹੋ ਜਾਣਾ ਅਗਲੇ ਦੀਆਂ ਜ਼ਿੰਦਗੀਆਂ ਬਰਬਾਦ ਕਰ ਦੇਣੀਆਂ ਅੱਛਾ ਉਸ ਤੋਂ ਬਾਅਦ ਸ਼ਾਦੀ ਨਹੀਂ ਕੀਤੀ ਉਸ ਤੋਂ ਬਾਅਦ ਜਿਹਨਾਂ ਨੇ ਕਰਨੇ ਸੀ ਉਹ ਵੀ ਨਹੀਂ ਰਹੇ ਮਾਂ ਬਾਪ ਅੱਛਾ ਜਦੋਂ ਪਹਿਲੀ ਸ਼ਾਦੀ ਹੋਈ ਉਦੋਂ ਮਾਂ ਬਾਪ ਹੈ ਸੀ ਹਾਂਜੀ
अच्छा उस तो बाद फिर माँ बाप भी नहीं रहे तो फिर तुसी आप ही नहीं कोशिश की थी? वालदा ही फोत हो गई, बड़ा भाई भी फोत हो गया, ओए होए छोटा वैसे ही साडा दुश्मन बन गया, ओए होए उन्होंने दी शादी हुई भाइयों दी? हाँ छोटे तो माशाला अठ बेटे, अठ बच्चे ने। तुसी उस तो बाद कोशिश नहीं, आप भी नहीं कोशिश की थी? कोशिश कर दी जी, वो अटैक हो गया दिल के दो बाल बन गया ताडे। अच्छा हार्ट का मरीज हाँ, शरियाना भी बंद हुआ, ओए होए ओदी वजह ना भी कोई थोड़ी जी प्रॉब्लम सी, पैसे की भी कमी सी, तो सू आप थोड़ा जहाँ कुछ एक गल पूछा, इस जिंदगी तो बाद दोबारा जिंदगी मिलनी तुहानू पुछ के दिती जाए कि दोबारा उस दुनिया च जाना ही आओगे? असीं की जाना इस दुनिया दुखी दुख देखे जदों जम्मे कि जिहड़ा आ गया भैण उहनू जीना पैना है। बिल्कुल उहदा माँ प्यो रब लै जे, उहदे सिर ते साईं लै जे, उहदे जिस्म दे अज़ा लै ले, बांह लै ले, लत्तां लै ले, जुबान लै ले, अखां लै ले, जीना पैना सर, जीना पैंदा ना। हाँ जी दुनिया में आए हैं तो जीना ही पड़ेगा, जीना पड़ेगा जीवन। अच्छा, में अगर जहर है तो वो पीना ही पड़ेगा। अच्छा हुण एक गल होर आ, एक मिसाल आ जो ताडी इस टाइम कंडीशन तुसी दस रहे हो, इत्थे बैठे कल्ले कल्ले तुसी बैठे हो, दिमाग रुकदा नहीं हुंदा, वो चल रहा है, इतने कल्ले बैठे तुसी कल्ले नहीं बैठे, ताडे दिमाग च बहुत लोग नाल ताडे इर्द गिर्द घूम रहे ने, कुछ माजी दियां यादां, कुछ मौजूदा हालात, कुछ कल्लापन चलता हुंदा ना दिमाग च, इहदा मतलब तुसी कल्ले नहीं बैठे, दिमाग च चल रहे। हुण की सोचदे हो, मायूसी है लाइफ च कि यार की आ बर्बाद हो गया, कुछ भी नहीं सही हो चुकिया, या कितने उम्मीद आ कि मैं इंज करांगा, या मैं चाहिए मैं थोड़ा अपने आप को संभाला, या मैं कोई जिंदगी कुछ करा ऐसा, दोवों चो की सोच आ, मायूसी आ या उम्मीद हैगी कि हाले भी? उम्मीद कोई नहीं है भाई, उम्मीद कोई नहीं किसी पास। तलीम किन्नी है? तलीम मेरी कोई नहीं भाई, कोई नहीं। तेरे को है की वैसे? बस छतरियां छतरियां पई सरकार है, मच्छरदानियां पई और कुछ नहीं है। रेंदे कल्ले ही कर? हाँ जी कल्ले। यार किस तरह रेंदे तुसी कल्ले कर, कोई दूसरा जी नहीं? अल्लाह तो कर। खाना पीना? खाना पीना बस रेडीमेड बाजारों ही खाई था जी। किस तरह रेंदे ने इस तरह कल्ले लोग घर दे विच? कल्ले मैं पुछिया उन्हूं, मैं कुछ होर पुछिया उन्हूं, मैं भी उन्होंने ये पूछे भी कितना रहते हो? भाई मैं पूछ रहा भाई ने कि कल्ला कितना बंदा रहता है? भाई मैं रह गया हूं। नहीं कल्ला मुराद है एक दो चार घंटे पांच घंटे दो तीन दिन तो बंदा रह लेता है, टोटल लाइफ घर जाना घर कोई भी नहीं, आप ही बत्ती बंद करनी, आप ही चलानी, आप ही पक्खा छड़ना, आधे घंटे बाद आप ही बाहरों आके कहना यार पक्खा तो बंद कर दिया करो, आप ही करी जाना सारा कुछ, आप ही पंप भरना तो आप ही बंद कर देना, आप ही जो लेट हो गया तो आप ही अपने कहना यार बस कितों का पंप छड़िया। ਤੁਸੀਂ ਇਕੱਲੇ ਨਹੀਂ ਗਏ, ਮੈਂ ਤੁਹਾਨੂੰ ਗੱਲ ਦੱਸਦਾ, ਤੁਸੀਂ ਮੰਨੋਗੇ ਇਸ ਗੱਲ, ਜਦੋਂ ਤੁਸੀਂ ਉਸ ਘਰ 'ਚ ਇਕੱਲੇ ਹੁੰਦੇ ਨਾ ਤੁਸੀਂ ਆਪ ਹੀ ਦੋ ਜਣੇ ਹੁੰਦੇ ਹੋ, ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹੋ, ਮੈਂ ਬੈਠਾ ਆਹ ਕਰ ਲਵਾਂ, ਅੱਛਾ ਯਾਰ ਚੱਲ ਆਹ ਕਰ ਲਵਾਂ, ਅੱਛਾ ਇੱਦਾਂ ਕਰਦੇ ਹੋ ਨਾ। ਬਿਲਕੁਲ ਲੇਕਿਨ ਵਹਿਸ਼ਤ ਨਹੀਂ ਹੁੰਦੀ ਉਹ ਦਰੋ ਦੀਵਾਰ ਤੋਂ, ਉਹ ਘਰ ਆਪਣਾ ਆਪਣਾ। ਕਿੰਨੀ ਦੇਰ ਕੁੱਥੇ ਰਹਿ ਰਹੇ ਹੋ? ਉੱਥੇ ਅਸੀਂ ਰਹਿ ਰਹੇ ਹਾਂ 2008 ਤੋਂ, ਯਾਨੀ ਕੋਈ 12-13 ਸਾਲ ਹੋ ਗਏ, 13-14 ਸਾਲ। ਯਾਰੀ ਪੈ ਗਈ ਉਹਨਾਂ ਕੰਨਾਂ ਨਾਲ, ਦੇਰੋ ਦੀਵਾਰ ਨਾਲ, ਭਾਂਡਿਆਂ ਨਾਲ, ਭਾਂਡਿਆਂ ਨਾਲ। ਅੱਛਾ ਕੁਛ ਲੋਕ ਹੁੰਦੇ ਨੇ ਇੱਦਾਂ, ਤੁਸੀਂ ਬੈਠੇ ਹੋ ਨਾ ਜਿੱਦਾਂ ਤੁਸੀਂ ਹੋ ਜਾਂ ਮੈਂ ਹਾਂ, ਤੁਹਾਡੀ ਗੱਲ ਹੀ ਆਪਣੀ ਨਹੀਂ ਕਰ ਰਿਹਾ, ਔਰ ਤੁਸੀਂ ਕੋਈ ਐਸਾ ਵੀ ਨਹੀਂ ਜ਼ਿਹਨ ਬਣਾਇਆ ਜਿਹੜੀ ਬੜੀ ਅੱਛੀ ਗੱਲ ਆ ਕਿ ਮੈਂ ਮੰਗਣ ਲੱਗ ਪਵਾਂ। ਮੈਂ ਦੇਖ ਰਿਹਾ, ਮੈਂ ਤੁਹਾਡਾ ਸੈਟਅਪ ਸਾਰਾ ਦੇਖ ਰਿਹਾ ਕਿ ਤੁਹਾਡੇ ਜ਼ਿਹਨ 'ਚ ਇਹ ਨਹੀਂ ਹੈਗਾ ਕਿ ਮੈਂ ਚਲੋ ਮੈਂ ਹੀ ਰੋਟੀ ਖਾਣੀ ਨਾ, ਮੈਂ ਕਿਸੇ ਕੋਲੋਂ 2-4 ਹਜ਼ਾਰ ਰੁਪਈਆ ਮਹੀਨੇ ਦਾ, 5 ਹਜ਼ਾਰ ਰੁਪਈਆ ਮਹੀਨੇ ਦਾ, ਐਵੇਂ ਝੂਠ ਬੋਲ ਕੇ ਮੈਨੂੰ ਲੋਕ ਦੇ ਵੀ ਦਿੰਦੇ ਨੇ ਅੱਜ ਕੱਲ੍ਹ। ਲੇਕਿਨ ਇੱਕ ਗੱਲ, ਦੂਸਰੀ ਗੱਲ ਇਹ ਦੇਖੋ, ਮੈਂ ਹੁਣ ਅਗਰ ਕਹਾਂ ਕਿ ਮੈਂ ਤੁਹਾਡੀ ਕੋਈ ਐਜ਼ ਏ ਵੱਡਾ ਭਰਾ ਤੁਹਾਡੇ ਕੰਮ ਆਉਣਾ ਚਾਹੁੰਦਾ, ਕੋਈ ਹੈਲਪ ਕਰਨਾ ਚਾਹੁੰਦਾ, ਮੈਂ ਕੀ ਕਰ ਸਕਦਾ ਤੁਹਾਡੇ ਲਈ? ਦੇਖੋ ਮੈਂ ਗੱਲ ਕਰ ਰਿਹਾ, ਮੈਨੂੰ ਨਹੀਂ ਨਜ਼ਰ ਆਹਾ, ਤੁਸੀਂ ਮੈਨੂੰ ਕਹਿੰਦੇ ਨਾ ਜੀ ਮੇਰੇ ਬੱਚੇ 4 ਬੱਚੇ ਨੇ ਜੀ, ਮੈਂ ਗਰੀਬ ਹਾਂ, ਮੈਂ ਤੁਹਾਨੂੰ ਚਲੋ ਬੱਚਿਆਂ ਨੂੰ ਈਦ ਕੋਈ ਚੀਜ਼ ਕੋਈ ਕੱਪੜਾ ਲੀੜਾ ਮੈਂ ਦੇ ਦਿੰਦਾ, ਉਹ ਵੀ ਆਪਸ਼ਨ ਨਹੀਂ ਹੈਗਾ। ਤੁਸੀਂ ਕਹਿੰਦੇ ਮੇਰੇ ਬੱਚੇ ਨਹੀਂ ਹੈਗੇ, ਮੇਰੀ ਵਾਈਫ ਆ, ਮੈਂ ਕਹਿੰਦਾ ਚਲੋ ਯਾਰ ਆ ਲਓ ਤੁਸੀਂ ਤੇ ਮੇਰੀ ਭਾਬੀ ਮੇਰੀ ਭੈਣ ਵਾਸਤੇ, ਉਹਨੂੰ ਕਹਿਣਾ ਕਿ ਸੂਟ ਲੈ ਲਵੇ ਜਾਂ ਉਹਨੂੰ ਆ ਜੁੱਤੀ ਲੈ ਦੇਣਾ,
वो भी ऑप्शन नहीं है, वो भी ऑप्शन नहीं है। मैं कहता तुम कहते जी मेरे छोटे छोटे भैन भरा ने, मेरी माँ, मेरा बाप आ घर, मैं कहता चलो यार उन्हों कुछ कर दो, ये भी मेरे लिए ऑप्शन नहीं है। पिछे रह गए तुम मकान, तुम मैं कहते नहीं यार मेरे को मकान नहीं गा, मैं उत्थे फुट पाते सोना, मैं तुम्हें कहता भैन चलो मैं तेन कुछ जगह लै दिना, मैं किराया दे दिया करा, ये भी ऑप्शन नहीं है, समझ रहे हो। तुहाडे लई अगर मैं चाहवांगा मैं कुछ करना चाहना मैं की कर सकदा, मैनू तो कोई रस्ता नजर आ रहा। गेंद बल्ला लैना तुहानू सवेरे सवेरे ग्राउंड च खेलिया करो, गेंद बल्ले का कोई फायदा नहीं, तुसीं मेरा बाईपास करा दो। बाईपास करा दिए तुहाडा, मैं तुहाडा बाईपास करवा दिंदा, उस तों बाद शादी करोगे इंशाअल्लाह ताला, वादा हाथ मिलाओ जिंदगी बशर्ते खुदा। ए कम अज लख बंदा तुहानू वेख रहा है, और ये लख दा लख बंदा जिदा लोग फिरते ने ना कैमरे लैके, हूँ मैं तुम्हें अपना फर्क दसदा मेरे बंद दूजिया का, कैमरे लैके लोग फिरते ने ना सिर्फ मजा लैन आए होंगे ने, यह जेडे ने जिन्ना दुख मैं फील कर रहा ना तुहाडा या तुसीं जिस दुख ना दस रहे हो, कसम रब की 80% वो लोग ने जो उत्थे बैठे दुख फील करते हैं, मेरे वो यार दोस्त ने, मैनू इन्हां दा इन्ना माण आ, इन्हां चों कोई ऐसा बंदा नहीं होएगा जिहड़ा इस दुख नूं फील ना करदा होवे। मेरी यह कमाई है, यह लोग अगर ता बाईपास भी करवावे शादी तुम आप करवानी है, नहीं तो यह है ये तलका तो है ने, हसया करो हसया भी करो बिच बिच। बाईपास कितों करवाना दसो, बाईपास कटियालो जी, कटियालो जी। अच्छा तेरे को मोबाइल है, असं तुहाडा नंबर लै लें, कि खर्चा आता बाईपास से, साढ़े 3 लाख मांग रहे, 3.5 लाख रुपया, ठीक है जी, 3.5 लाख रुपया बाईपास असं इतों जमा करावे, टाइम सैट वो की होएगा बाईपास ना, ताड़े दो वाल बांधने चल पैणगे, वाल भी चल पैणगे, और जो दिल दरियाना वो भी चल पे, बगैर वाल चलन तो बगैर शरियाना तो कि जीन दे, बस अल्लाह तो कर ही है। डॉक्टर ने कहा नहीं कि तू रिस्क ते है, डॉक्टर ने कहा तू फारग है, फारग है उनको नहीं, मैं छतरियां लाउना काम करदा सुबह, उन्होंने फारग कर देता, मैं हुन जाना, तुसी नहीं हो रहे ओ जवाद क्लब मेरी रहश है, जवाद क्लब उमरजीपुरे, हां जी काते होंदे हो, हां साइकिल ते, साइकिल ते ओ दिल ते दो वाल बंद शरियाना बंद साइकिल ते, टेंशन नहीं लेनी है, ओ अल्लाह दी जात बड़ी बेहतरीन है, कि उस जात दे कोल बहुत चले भी गए ने, हां जी मेरा जाना होता तो मैं चल जाना, यस तो तुम कहते मेरे को उम्मीद है नहीं, उम्मीद ही है, उम्मीद ही है, लेकिन तुम कहते कहते मेरे को उम्मीद है नहीं, चली जा रहा है, पानी तो बाद ताड़ा बाईपास डन, मेरे अल्लाह की रहमत ना, अल्लाह का ख्याल रखे, नंबर दियो कार्डियालो जी दे विच असीं जावांगे, ताड़ा कोई है रिपोर्टा शिपोटा, हाँ सारा कुछ है, कापी बनी मेरी, कित्थे आ घर, घर तुम की करोगे, तुहानू कित्थे, इत्थे डेली इत्थे पैंदे जे, मैं इत्थे हुन सवाल जुमे तो अलावा, जुमे तो अलावा इत्थे ही हुंदे हो, असी हम तेरे को रिपोर्टा हम लैनिया हूँ ताकि असं अगे दिखाईए, या ताड़ा उत्थे कोई डॉक्टर है जिन्हें तुसी गलबात, डॉक्टर मेरा यही है थी, मैं चेक कराना किसी टाइम दवाई दे देंगे, किस टाइम छुट्टी करा देंगे, ओके सुनो आप जावे कटियालो जी, कटियालो जी सरकारी है, हम सरकारी है, आप 3.5 लाख तो भी घट करावे, कोई नहीं जिन्हें मर्जी लग जाना वो आप करावे, जिन्हें मर्जी लग जाने असं देने, तुम्हें नहीं टेंशन लेनी, अल्लाह ने देने सर, ईद तो बाद ईद कट लेना, खुदा का वास्ता, कोई नहीं अल्लाह पाक खैर रखे, जिंदगी तंग 3 दिन कट लेना, 3 दिन कट लेने, अल्लाह पाक जिंदगी तंग, आहो ईदों 3 दिन बाद 4 दिन बाद कार्डियालो जी काशिफ साहब तुहाडी ड्यूटी है, ठीक है, कार्डियालो जी जाएगा पहले तुहाडे को रिपोर्टा लेगा, ईदों किन्ने दिन तुसीं इत्थे आ जाना, मैं कल भी आना परसों भी आना, कल भी आना तीसरे दिन, परसों भी आना तीसरे दिन ही आना, काशिफ आयन कल या परसों, ठीक है जी कल या परसों टाइम फोन लै लेना, कॉल करनी है इन्हों के कोलों, तुसी जो भी वो लैके आन वो तुसी लै लेना, ठीक है, उस बाद तुसी कार्डियालो जी जाना, ठीक है, तलक पा के जिहड़ा भी होवे उन्होंने कहना जी यह पेशेंट आ इहदा असीं बाईपास करवाउणा सानू डेट दिओ, ठीक है, वह कहना स्टंट किन्ने वाला पवाना, उन्होंने कहना जिहड़ा सब तो बेहतरीन सब तो अच्छा 3.5 साढ़े 4 5 जिन्ना भी लग जाए, ठीक है, क्वालिटी वाइज सब तो अच्छा वह करवाउणा जी, ठीक है, सानू डेट दसो पैसे दसो, ठीक है, ਤੁਹਾਡਾ ਬਾਈਪਾਸ ਕਰਾ ਦਿੰਦੇ ਹਾਂ, ਲੇਕਿਨ ਇੱਕ ਸ਼ਰਤ ਉਸ ਤੋਂ ਬਾਅਦ ਵਿਆਹ ਕਰਨਾ ਇਨਸ਼ਾਅੱਲਾ, ਹੱਥ ਮਿਲਾ ਕੇ ਵਾਦਾ ਇਨਸ਼ਾਅੱਲਾ, ਜ਼ਿੰਦਗੀ ਤੰਦਰੁਸਤੀ ਹੋਵੇ, ਤੰਦਰੁਸਤੀ ਇਨਸ਼ਾਅੱਲਾ ਹੋਏਗੀ, ਵਿਆਹ ਕਰਾਂ, ਔਰ ਵਿਆਹ ਔਰ ਸਾਡੀ ਦੁਆ ਵਾ ਸਾਰਿਆਂ ਦੀ ਕਿ ਉਸ ਵਿਆਹ 'ਚ ਜਿਹੜਾ ਤੁਹਾਨੂੰ ਅੱਲਾ ਜੀ ਦੇਵੇ ਉਹ ਤੁਹਾਡੇ ਨਾਲ ਪੂਰਾ ਮੁਹੱਬਤ ਵਾਲਾ ਦੇਵੇ, ਕਿ ਤੁਸੀਂ ਉਸ ਤੋਂ ਬਾਅਦ 2 ਸਾਲ ਜੀਓ, 2 ਦਿਨ ਜੀਓ, 20,000 ਸਾਲ ਜੀਓ, ਲੇਕਿਨ ਖੁਸ਼ੀ ਦੇ ਜੀਓ, ਅੱਲਾ
ठीक है ना, लो जी अपना डन हो गया। तुहाडा नाम की? मेरा नाम मुनव्वर हुसैन। मुनव्वर हुसैन साहब अपना डन हो गया पैन। अगर इस दौरान तुसी मेरे नाल कोई झूठ बोलोगे तो पैन वो जाने तो तुसी जाने, बाईपास तुहाडा मैं इत्थे करावांगा। ठीक है, वैसे जिनी देर बाईपास नहीं ना हुंदा बाईपास का चक्कर ही लाया करो। ठीक हो गया, समुद्री बाईपास तो ठीक है। साढ़े को एक बंदा है सोनी, वह सुबह शाम बाईपास से फिरता रहता। ठीक हो गया, हाँ बाईपास हों असी तुम्हें थोड़ा जहा इस तो कि तुम थोड़ा हसो भी रिलैक्स भी होवो तो तुम साढ़े बड़े तुम सिर्फ स्टंड ही पाने के किल कावल भी पाने पाने भाजी जल्दियाँ शरियादा खुल जा जर्मनी ਅਸੀਂ ਉਹ ਪਵਾਵਾਂਗੇ ਜਿਹੜੇ ਕੋਈ 10 20 30 40 ਸਾਲ ਕੱਢਣ ਵੀ ਕੱਢਣ। ਸਿਗਰਟ ਨਹੀਂ ਪੀਂਦੇ? ਨਾ ਸਿਗਰਟ ਨਾ ਸਿਗਰਟ ਨਹੀਂ ਪੀਂਦੇ। ਕੋਈ ਹੋਰ ਕੋ ਤਲੀਆਂ ਚੀਜ਼ਾਂ ਉਹਦੇ ਜਿਵੇਂ ਪ੍ਰੇਜ਼ ਬੜਾ ਕਰਨਾ ਪੈਂਦਾ। ਤਲੀ ਚੀਜ਼ ਮੈਂ ਨਹੀਂ ਖਾਂਦਾ, ਉਹਦੇ ਜਿਵੇਂ ਪ੍ਰੇਜ਼ ਬਹੁਤ ਕਰਨਾ ਪੈਂਦਾ। ਲਓ ਜੀ ਤੁਹਾਡਾ ਸਟੰਟ ਮੇਰੀ ਜ਼ਿੰਦਗੀ ਰਹੀ, ਇਨਸ਼ਾਅੱਲਾ ਤੁਹਾਡਾ ਬਾਈਪਾਸ ਹੋ ਜਾਏਗਾ। ਠੀਕ ਹੈ ਜੀ, ਅਸੀਂ ਸਾਰੇ ਭਰਾ ਰਲ, ਮੈਂ ਨਹੀਂ ਕਰਾਉਣਾ ਇਹਨਾਂ ਦੇ ਪੱਲਿਓ, ਕਰਵਾ ਕਰੂ ਦੇਣਾ, ਮੈਂ ਟੈਨਸ਼ਨ ਨਹੀਂ ਲੈਣੀ। ਵੇਖਣਾ ਤੁਸੀਂ फिर मिलांगे, स्टंट पवा के तबीयत ठीक होई उदों मिलांगे, फिर इन्हां दी शादी ते भी जावांगे आपां सारे उत्थे। बहुत अच्छा नाचा, बहुत सोहना नचदा, तुहाडे विआह दे इस किस्म दी धमाल पाएगा। मैं कहना राधी हो जाओगे तुम, हस पो हस पहला हों, कुछ नहीं हों। जी वो बंदा जी नंबर इन दौ अपना, देखो जी